ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਐਮਬੈਸੀ ਰਿਪੋਰਟ ਤੇ ਮੈਂ ਹਾਂ ਤੁਹਾਡੇ ਨਾਲ ਕਵਿਤਾ ਸਿੰਘ ਤੇ ਐਮਬੈਸੀ ਰਿਪੋਰਟ ਦੇ ਵਿੱਚ ਅੱਜ ਗੱਲ ਹੋਏਗੀ ਕੈਨੇਡਾ ਓਪਨ ਸਪਾਊਸ ਵਰਕ ਪਰਮਿਟ ਨੂੰ ਲੈ ਕੇ ਸੋ ਯੂਕੇ ਤੋਂ ਇਲਾਵਾ ਤੇ ਆਸਟ੍ਰੇਲੀਆ ਤੋਂ ਬਿਨਾ ਹੁਣ ਮੌਕਾ ਮਿਲ ਰਿਹਾ ਸਾਰਿਆਂ ਨੂੰ ਕੈਨੇਡਾ ਓਪਨ ਸਪਾਊਸ ਵਰਕ ਪਰਮਿਟ ਦੇ ਵਾਸਤੇ ਬਟ ਉਸ ਦੇ ਵਾਸਤੇ ਕੀ ਕ੍ਰਾਈਟੀਰੀਆ ਅਤੇ ਕੀ ਇਸ ਦੇ ਵਿੱਚ ਬੱਚੇ ਵੀ ਨਾਲ ਜਾ ਸਕਣਗੇ ਜਾਣਦੇ ਹਾਂ ਸਾਡੇ ਅੱਜ ਦੇ ਐਕਸਪਰਟ ਦੇ ਕੋਲੋਂ ਜਦੋਂ ਵੀਜ਼ਾ ਦੀ ਗੱਲ ਕਰਦੇ ਹਾਂ ਸੋ ਇੱਕੋ ਹੀ ਨਾਮ ਚੱਲਦਾ ਜੀ ਕੈਨੇਡਾ ਸੋ ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆ ਰਹਿੰਦਾ ਕੈਨੇਡੀਅਨ ਸਟੂਡੈਂਟ ਵੀਜ਼ਾ ਚਾਹੇ ਉਹ ਸਿੰਗਲ ਐਪਲੀਕੇਸ਼ਨਸ ਹੈ ਚਾਹੇ ਉਹ ਸਪਾਊਸ ਐਪਲੀਕੇਸ਼ਨ ਹੈ ਬਟ ਹਜੇ ਵੀ ਥੋੜ੍ਹੀ ਜਿਹੀ ਕਲੈਰਿਟੀ ਚਾਹੀਦੀ ਹੈ ਸੋ ਲਾਸਟ ਜ਼ਰੂਰ ਅਸੀਂ ਸਿੰਗਲ ਐਪਲੀਕੇਸ਼ਨਸ ਦੀ ਗੱਲ ਕੀਤੀ ਸੀਗੀ ਆਲਮੋਸਟ ਇਸ ਟਾਈਮ ਅਗਰ ਰਿਜ਼ਲਟ ਦੇਖਿਆ ਜਾਵੇ 92% ਵੀਜ਼ਾ ਸਕਸੈਸ ਰੇਟ ਦੇਖਣ ਨੂੰ ਮਿਲਦਾ ਕੈਨੇਡੀਅਨ ਸਟੂਡੈਂਟ ਵੀਜ਼ਾ ਦਾ ਇਸ ਤੋਂ ਅਦਰ ਐਂਡ ਅਗਰ ਆਪਾਂ ਦੇਖਦੇ ਹਾਂ ਸਪਾਊਸ ਵੀਜ਼ਾ ਐਪਲੀਕੇਸ਼ਨ ਦੀ ਸੋ ਲਾਸਟ ਪੰਜਾਬ ਔਰ ਹਰਿਆਣਾ ਦੇ ਆਫਿਸਿਸ ਦੇ ਵਿੱਚ ਵਿਜ਼ਿਟ ਕੀਤੀ ਸੀਗੀ ਅਤੇ ਇੱਕ ਕਾਮਨ ਜਿਹਾ ਕੁਸ਼ਚਨ ਰਿਹਾ ਬੱਚਿਆਂ ਦਾ ਕਿ ਸਰ ਦੋ ਚਾਰ ਆਫਿਸਾਂ ਦੇ ਵਿੱਚ ਅਸੀਂ ਹੋ ਕੇ ਆਏ ਹਾਂ ਆਫਿਸ ਦੇ ਵਿੱਚ ਇਹੀ ਚੀਜ਼ ਕਹੀ ਜਾ ਰਹੀ ਕਿ ਸਿੰਗਲ ਐਪਲੀਕੇਸ਼ਨ ਪਹਿਲਾਂ ਗ੍ਰਾਂਟ ਹੋਏਗੀ 6 ਮਹੀਨੇ ਬਾਅਦ ਤੁਸੀਂ ਆਪਣਾ ਸਪਾਊਸ ਐਪਲੀਕੇਸ਼ਨ ਐਜ਼ ਅ ਡਿਪੈਂਡੈਂਟ ਅਪਲਾਈ ਕਰ ਸਕਦੇ ਹੋ ਸੋ ਜਦੋਂ 6 ਮਹੀਨੇ ਬਾਅਦ ਐਪਲੀਕੇਸ਼ਨ ਅਪਲਾਈ ਕੀਤੀ ਜਾਂਦੀ ਹੈ ਅਲਟੀਮੇਟਲੀ 4 ਤੋਂ 5 ਮਹੀਨੇ ਉਹਦੇ ਰਿਜ਼ਲਟ ਆਊਟਕਮ 'ਚ ਹੋ ਜਾਂਦੇ ਆ ਸੋ ਜਿਹੜਾ ਬੱਚਾ 6 ਮਹੀਨੇ ਸੋਚਦਾ ਸੀ ਉਹ 1 ਸਾਲ ਬਾਅਦ ਅਪਲਾਈ ਕਰੇਗਾ ਸੋ ਜੋ ਅਗਰ ਰੀਸੈਂਟ ਅਪਡੇਟ ਦੀ ਮੈਂ ਗੱਲ ਕਰਦਾ ਜੁਲਾਈ 2022 ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਇੱਕ ਅਪਡੇਟ ਆਉਂਦੀ ਹੈ ਕਿ ਜਿਹਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਆਪਣੀ ਫੈਮਿਲੀ ਮੈਂਬਰ ਨੂੰ ਨਾਲ ਲੈ ਕੇ ਜਾ ਸਕਦੇ ਹੋ ਔਰ ਵਿਦ ਕਿਡ ਐਪਲੀਕੇਸ਼ਨ ਵੀ ਅਪਲਾਈ ਕਰ ਸਕਦੇ ਹੋ ਸਪਾਊਸ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ ਯੂਕੇ ਨੇ ਜੋ ਕਿ ਰੀਸੈਂਟ ਅਪਡੇਟ ਜਿਹੜੀ ਆਈ ਸੀਗੀ ਸਪਾਊਸ ਵੀਜ਼ਾਸ ਲੈਣੇ ਬੰਦ ਕਰਦੇ ਆ ਇਸ ਤੋਂ ਅਦਰ ਐਂਡ ਅਗਰ ਆਪਾਂ ਦੇਖਦੇ ਹਾਂ ਆਸਟ੍ਰੇਲੀਅਨ ਐਪਲੀਕੇਸ਼ਨ ਦੀ ਸੋ ਜਾਂ ਤਾਂ ਦੋਨੋਂ ਐਪਲੀਕੈਂਟ ਗ੍ਰੈਜੂਏਟ ਚਾਹੀਦੇ ਆ ਜਾਂ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਕਿ ਮੇਨ ਐਪਲੀਕੈਂਟ ਗ੍ਰੈਜੂਏਟ ਹੈ ਸਪਾਊਸ ਪਲੱਸ ਟੂ ਹੈ ਕਈਆਂ ਕੋਲ GT ਨਹੀਂ ਕਲੀਅਰ ਹੋ ਰਹੀ 6-6 ਮਹੀਨੇ ਹੋ ਗਏ ਆ ਕਈਆਂ ਕੋਲ ਪੁਰਾਣੇ ਫੰਡ ਨਹੀਂ ਹੈਗੇ ਅਤੇ ਕਈ ਐਪਲੀਕੇਸ਼ਨਸ ਐਸੀਆਂ ਜਿਹਦੇ ਵਿੱਚ ਵਿਆਹ ਨਵਾਂ ਹੈ ਜੇਕਰ ਤੁਸੀਂ ਵੀ ਐਸੇ ਸਟੂਡੈਂਟ ਹੈਗੇ ਹੋ ਵਿਆਹੇ ਹੋ ਚਾਹੇ 12th ਹੋ ਗ੍ਰੈਜੂਏਟ ਹੋ ਜਾਂ ਮਾਸਟਰਸ ਕਰ ਚੁੱਕੇ ਹੋ ਆਪਣੇ ਸਪਾਊਸ ਦੇ ਨਾਲ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹੋ ਇਕੱਠੇ ਟਰੈਵਲ ਕਰਨਾ ਚਾਹੁੰਦੇ ਹੋ ਇਕੱਠੇ ਜਾ ਕੇ ਆਪਣੇ ਸੁਪਨਿਆਂ ਦੇ ਦੇਸ਼ 'ਚ ਪਹੁੰਚਣਾ ਚਾਹੁੰਦੇ ਹੋ ਚਾਹੇ ਤੁਸੀਂ ਹਸਬੈਂਡ ਵਾਈਫ ਹੋ ਜਾਂ ਕਿਡ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਬਹੁਤ ਸਾਰੀ ਐਸੀ ਐਪਲੀਕੇਸ਼ਨਸ ਆ ਜਿਹਦੇ ਵਿੱਚ ਸੁਣਨ ਨੂੰ ਮਿਲਦਾ ਕਿ ਫੀਮੇਲ ਦੇ ਇਹ ਆਨਸਰ ਰਹਿੰਦੇ ਆ ਕਿ ਸਰ ਮੈਂ ਆਪਣੇ ਕਿਡ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ ਸੋ ਉਹ ਤੁਹਾਡੇ ਸਾਰੇ ਸੁਪਨਿਆਂ ਨੂੰ ਪੂਰਾ ਕਰੇਗਾ ਕੈਨੇਡਾ ਸਟੂਡੈਂਟ ਵੀਜ਼ਾ ਜਿਹਦੇ ਵਿੱਚ ਤੁਸੀਂ ਸਿੰਗਲ ਵੀ ਅਪਲਾਈ ਕਰ ਸਕਦੇ ਹੋ ਸਪਾਊਸ ਵੀ ਅਪਲਾਈ ਕਰ ਸਕਦੇ ਹੋ ਔਰ ਵਿਦ ਕਿਡ ਐਪਲੀਕੇਸ਼ਨ ਤੁਸੀਂ ਗ੍ਰਾਂਟ ਕਰਾ ਸਕਦੇ ਹੋ ਮੇਨ ਐਪਲੀਕੈਂਟ ਦੇ ਨਾਲ ਨਾਲ ਸਪਾਊਸ ਔਰ ਕਿਡ ਸੇਮ ਡੇ ਸੇਮ ਜਹਾਜ਼ 'ਚ ਤੁਸੀਂ ਟਰੈਵਲ ਕਰ ਸਕਦੇ ਹੋ ਸੋ ਹਜੇ ਵੀ ਕਈ ਸਟੂਡੈਂਟ ਐਸੇ ਆ ਕਿ ਜਿਨ੍ਹਾਂ ਨੂੰ ਡਾਊਟ ਸੀਗਾ ਓਮ ਗਲੋਬਲ ਅਜਿਹੀ ਕੰਪਨੀ ਜਿੰਨੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਕੈਨੇਡਾ ਸਪਾਊਸ ਵੀਜ਼ਾਸ ਲਏ ਆ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਵੀ ਆਲਰੇਡੀ ਵੀਡੀਓਜ਼ ਅਪਲੋਡਡ ਆ ਬੱਚਿਆਂ ਦੀ ਜਿਹਦੇ ਵਿੱਚ ਸਟੂਡੈਂਟ ਆਪ ਪਾਸਪੋਰਟ ਫੜ ਕੇ ਦੱਸ ਰਹੇ ਕਿ ਸਾਡੇ ਵੀਜ਼ਾਸ ਗ੍ਰਾਂਟ ਹੋ ਰਹੇ ਆ ਔਰ ਇਕੱਠਿਆਂ ਦੇ ਵੀਜ਼ਾਸ ਗ੍ਰਾਂਟ ਹੋਏ ਆ ਸੋ ਜਿਹੜੇ ਵੀ ਐਪਲੀਕੈਂਟ ਐਸੇ ਆ ਕਿ ਹਜੇ ਵੀ ਉਹਨਾਂ ਨੂੰ ਡਾਊਟ ਹੈ ਜਾਂ ਜਿਹੜੇ ਸਪਾਊਸ ਵੀਜ਼ਾ 'ਤੇ ਜਾਣਾ ਚਾਹੁੰਦੇ ਆ ਚਾਹੇ ਤੁਸੀਂ 12th ਹੋ ਗ੍ਰੈਜੂਏਟ ਹੋ ਜਾਂ ਮਾਸਟਰਸ ਹੋ ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੀ ਮਾਹਰ ਟੀਮ ਨੂੰ ਮਿਲ ਕੇ ਆਪਣਾ ਕੈਨੇਡਾ ਇਕੱਠਿਆਂ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਧੰਨਵਾਦ